ਕਿੱਦਾਂ ਕੀ ਹਾਲ ਆ ਤਗੜੇ ਹੋ ਸਾਰੇ। ਅੱਜ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ, ਇੱਕ ਸਾਊਥ ਇੰਡੀਅਨ ਮੂਵੀ ਆਈ ਆ ਦੀ ਗੋਟ ਲਾਈਫ। ਮੈਂ ਕਦੇ ਵੀ ਫਿਲਮਾਂ 'ਤੇ ਰਿਵਿਊ ਨਹੀਂ ਕੀਤੇ, ਪਰ ਇਹ ਚੀਜ਼ ਦਾ ਮੈਂ ਖੁਦ ਆਈ ਵਿਟਨੈਸ ਹਾਂ ਜੋ ਫਿਲਮ ਦੇ ਵਿੱਚ ਵਿਖਾਈ ਗਈ ਆ। ਮੈਂ 8-9 ਸਾਲ ਸਾਊਦੀਆ ਦੇ ਵਿੱਚ ਰਹਿ ਕੇ ਆਇਆ ਅਤੇ ਇਹ ਚੀਜ਼ਾਂ ਵੇਖੀਆਂ ਵੀ ਨੇ, ਹੰਢਾਈਆਂ ਵੀ ਨੇ, ਤਾਂ ਕਰਕੇ ਮੈਂ ਜਦ ਗੱਲ ਕਰ ਰਿਹਾ। ਉਹ ਫਿਲਮ ਆਉਣ ਤੋਂ ਬਾਅਦ ਸਾਡੇ ਏਸ਼ੀਆ ਦੇ ਵਿੱਚ ਵੀ ਇੱਕ ਬੜਾ ਤਹਿਲਕਾ ਮੱਚਿਆ ਹੋਇਆ ਸੋਸ਼ਲ ਮੀਡੀਆ 'ਤੇ, ਮੀਡੀਆ 'ਤੇ, ਔਰ ਅਰਬਾਂ ਦੇ ਵਿੱਚ ਵੀ ਬੜੀ ਧੂਮਧਾਮ ਹੋ ਰਹੀ ਆ ਉਸ ਫਿਲਮ ਦੀ। ਔਰ ਸਾਊਦੀ ਹਕੂਮਤ ਉਹ ਫਿਲਮ ਵੇਖਣ ਤੋਂ ਬਾਅਦ ਆਪਣੇ ਕਾਨੂੰਨ ਚੇਂਜ ਕਰਨ ਜਾ ਰਹੀ ਆ, ਔਰ ਜਿਹੜੇ ਸਾਊਦੀ ਲੋਕ ਨੇ ਜਿਨ੍ਹਾਂ ਨੇ ਮਜ਼ਰਿਆਂ 'ਤੇ, ਮਜ਼ਰਾ ਖੇਤ ਮਰੱਬੇ ਨੂੰ ਆਉਂਦੇ ਨੇ ਜਿੱਥੇ ਡੰਗਰ ਬੱਕਰੀਆਂ ਜਾਂ ਊਂਠ ਵਗੈਰਾ ਉਹਨਾਂ ਰੱਖੇ ਹੁੰਦੇ ਨੇ ਵਾੜਾ, ਉਹਨੂੰ ਮਜ਼ਰਾ ਸੱਦਦੇ ਨੇ, ਜਿਹੜੇ ਮਜ਼ਰਿਆਂ 'ਚ ਬੰਦੇ ਰੱਖੇ ਨੇ ਜਾਂ ਜਿਹੜੇ ਡਰਾਈਵਰ ਨੇ ਉਹਨਾਂ ਦੀ, ਜਾਂ ਜਿਹੜੇ ਉੱਥੇ ਸ਼ੀਸ਼ਾ ਧਾਰ ਕੇ ਦਿੰਦੇ ਨੇ, ਜਾਂ ਜਿਹੜੇ ਉਹਨਾਂ ਦੇ ਘਰਾਂ ਦੇ ਨੌਕਰ ਨੇ ਜਾਂ ਵਰਕਰ ਨੇ, ਉਹਨਾਂ ਦੇ ਨਾਲ ਲੱਗ ਕੇ ਸਾਊਦੀ ਆਪਣਾ ਚੰਗਾ ਪਾਸਾ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਵੀਡੀਓ ਬਣਾ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀ ਜ਼ਬਾਨ ਦੇ ਵਿੱਚ ਦੱਸੋ ਕਿ ਕੋਈ ਨੇਪਾਲੀ ਆ, ਕੋਈ ਥੋਬੀਅਨ ਆ, ਕੋਈ ਸੁਡਾਨੀ ਆ, ਜਾਂ ਕੋਈ ਪਾਕਿਸਤਾਨੀ ਆ, ਬੰਗਾਲੀ ਆ, ਨੇਪਾਲੀ ਆ, ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਦੱਸੋ ਕਿ ਸਾਡੇ ਕਫੀਲ ਨੇ ਸਾਨੂੰ ਕਿੰਨਾ ਵਧੀਆ ਰੱਖਿਆ ਹੋਇਆ, ਸਾਨੂੰ ਟਾਈਮ 'ਤੇ ਤਨਖਾਹ ਦਿੰਦਾ, ਟਾਈਮ 'ਤੇ ਰੋਟੀ ਦਿੰਦਾ। ਤਾਂ ਗੱਲ ਮੈਂ ਕਰਨੀ ਚਾਹੁੰਦਾ ਕਿ ਇਹਨਾਂ ਚੀਜ਼ਾਂ ਦਾ ਮੈਂ ਆਈ ਵਿਟਨੈਸ ਹਾਂ, ਮੈਂ ਖੁਦ ਵੇਖੀਆਂ ਨੇ ਜੋ ਉਹਨਾਂ ਨੇ ਫਿਲਮ ਦੇ ਵਿੱਚ ਵਿਖਾਇਆ। ਯਕੀਨ ਕਰ ਜੋ 70% ਵਿਖਾਇਆ, ਉਹ 70% ਸੱਚ ਵਿਖਾਇਆ, ਜਿਹੜਾ ਬਾਕੀ ਦਾ 30% ਸੱਚ ਹੈ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਉਂ ਲਕੋਲਿਆ ਜਾਂ ਕਿਉਂ ਨਹੀਂ ਵਿਖਾਇਆ, ਜਾਂ ਕੋਈ ਰਿਸਟ੍ਰਿਕਸ਼ਨ ਆ ਜਾਏਗੀ ਜਾਂ ਕੋਈ ਸਾਊਦੀ ਹਕੂਮਤ ਦੀ ਰਿਐਕਸ਼ਨ ਲੈਗੀ। ਇਹਦੇ ਤੋਂ ਵੀ ਮਾੜਾ ਅਤੇ ਮੰਦਾ ਹਾਲ ਜਿਹੜਾ ਉੱਥੇ ਹੁੰਦਾ ਬੰਦਿਆਂ ਦੇ ਨਾਲ। ਇਸੇ ਤਰ੍ਹਾਂ ਸੇਮ ਹੀ ਅਣਗਹਿਲੀਆਂ ਦੇ ਵਿੱਚ ਬੰਦੇ ਏਅਰਪੋਰਟਾਂ ਤੋਂ ਚਲੇ ਜਾਂਦੇ ਨੇ ਕਿਸੇ ਹੋਰ ਕੇ ਫੀਲਡ ਦੇ ਨਾਲ, ਨਾ ਵੀ ਜਾਣ ਅਤੇ ਬੰਦਾ ਸਿੱਧਾ ਸਾਹਵਾਂ ਵੀ ਚਲਾ ਜਾਵੇ ਅਤੇ ਉਹਦੇ ਨਾਲ ਏਡੋ ਵੀ ਭੈੜਾ ਹਾਲ ਕੀਤਾ ਜਾਂਦਾ। ਤੁਸੀਂ ਉਹ ਸਾਰੀ ਫਿਲਮ ਵੇਖੀ ਹੈ ਕਿਵੇਂ ਬੰਦਾ ਉਹ ਮਿਸਅੰਡਰਸਟੈਂਡਿੰਗ ਦੇ ਨਾਲ ਉਸ ਕਫੀਲ ਦੇ ਨਾਲ ਚਲਾ ਜਾਂਦਾ, ਫਿਰ ਜਾ ਕੇ ਉੱਥੇ ਉਹਨੂੰ ਬੱਕਰੀਆਂ ਕੋਲ ਰੱਖਦਾ ਅਤੇ ਫਿਰ ਉਹਨੂੰ ਛੁੱਟੀ ਨਹੀਂ ਦਿੰਦਾ, ਉਹਨੂੰ ਆਉਣ ਨਹੀਂ ਦਿੰਦਾ, ਤਨਖਾਹ ਨਹੀਂ ਦਿੰਦਾ, ਰੋਟੀ ਪਾਣੀ ਸੇਮ ਇਹੀ ਗੱਲਾਂ ਉੱਥੇ ਹੁੰਦੀਆਂ ਨੇ ਕਿ ਤੁਸੀਂ ਸਾਊਦੀਆ ਦੇ ਵਿੱਚ ਰੋਟੀ ਕਮਾਉਣ ਤਾਂ ਜਾਂਦੇ ਹੋ, ਲੇਕਿਨ ਉੱਥੇ ਰਹਿ ਕੇ ਤੁਸੀਂ ਆਪਣੀ ਜਿਹੜੀ ਤੁਹਾਡੇ ਅੰਦਰ ਗੈਰਤ ਹੁੰਦੀ ਨਾ, ਤੁਹਾਡੇ ਅੰਦਰ ਜਿਹੜੀ ਤੁਹਾਡੀ ਗਰਮੀ ਖੂਨ ਮਾਰਦੀ ਆ, ਉਹ ਤੁਹਾਡੀ ਸਾਰੀ ਮੁੱਕ ਜਾਂਦੀ ਹੈ, ਕਿਉਂਕਿ ਤੁਸੀਂ ਉੱਥੇ ਕਰ ਕੁਛ ਨਹੀਂ ਸਕਦੇ। ਸਾਊਦੀ ਕਾਨੂੰਨ ਇਸ ਤਰ੍ਹਾਂ ਦਾ ਕਿ ਸਲਮਾਨ ਨੇ ਕਿਹਾ ਸੀ, ਉਹਨੇ ਕਿਹਾ ਜਿੰਨੇ ਮੇਰੇ ਸਾਊਦੀ ਨੂੰ ਕਿਸੇ ਅਜਨਬੀ ਨੇ ਚੰਡ ਮਾਰੀ ਨਾ, ਅਤੇ ਉਹਨੇ ਮੇਰੇ ਮੂੰਹ 'ਤੇ ਚੰਡ ਮਾਰੀ। ਅਤੇ 8-9 ਸਾਲ ਮੈਂ ਉੱਥੇ ਰਹਿ ਕੇ ਆਇਆ ਅਤੇ ਬੰਦਾ ਬਗੈਰਤ ਬਣ ਕੇ ਸਾਊਦੀਆਂ ਦੇ ਵਿੱਚ ਰਹਿੰਦਾ ਕਿ ਸਾਊਦੀ ਐਡਾ ਕੁ ਬੱਚਾ ਆਵੇ, ਸਾਊਦੀ ਜਵਾਨ ਆਵੇ, ਸਾਊਦੀ ਬੁੱਢਾ ਆਵੇ, ਤੁਹਾਨੂੰ ਚੰਡਾ ਮਾਰ ਜਾਏ, ਤੁਹਾਨੂੰ ਗਾਲਾਂ ਕੱਢ ਜਾਏ, ਤੁਹਾਡੀ ਦੁਕਾਨ 'ਤੇ ਆ ਕੇ ਤੁਹਾਡੇ ਮੂੰਹ 'ਤੇ ਥੁੱਕ ਜਾ, ਸਭ ਤੋਂ ਵੱਡੀ ਗੱਲ ਥੁੱਕ ਜੇ, ਕੁਛ ਵੀ ਕਰ ਲੈ, ਤੁਸੀਂ ਉਹਦਾ ਕੁਝ ਕਰ ਨਹੀਂ ਸਕਦੇ। ਲੇਕਿਨ ਪਾਕਿਸਤਾਨੀ ਸਿਰ ਫਿਰੇ ਨੇ, ਪਾਕਿਸਤਾਨੀ ਜੁੜ ਜਾਂਦੇ ਨੇ ਉੱਥੇ, ਇੱਕ ਹੀ ਇਹਨਾਂ ਦਾ ਤਕੀਆ ਕਲਾਮ ਚੱਲਦਾ ਕਿ ਆਨਾ ਪਾਕਿਸਤਾਨੀ, ਆਨਾ ਮਾਫੀ ਖੌਫ ਮਿਨ ਦੁਨੀਆ, ਆਨਾ ਖੌਫ ਬਸ ਅੱਲਾ। ਇਹਨਾਂ ਦਾ ਇੱਕ ਡਾਇਲਾਗ ਬੜਾ ਚੱਲਦਾ, ਛੋਟੇ ਛੋਟੇ ਬੱਚੇ ਵੀ ਸਾਨੂੰ ਗਲੀਆਂ ਦੇ ਵਿੱਚ ਵੇਖ ਕੇ ਨਾ, ਸਾਡੀ ਸਲਵਾਰਾਂ ਕਮੀਜ਼ਾਂ, ਇਹ ਕਹਿੰਦੇ ਤੁਸੀਂ ਕਹਿੰਦਾ ਪਾਕਿਸਤਾਨੀ, ਆਨਾ ਮਾਫੀ ਖੌਫ। ਪਾਕਿਸਤਾਨੀ ਥੋੜ੍ਹੇ ਜਿਹਾ ਸਿਰ ਫਿਰੇ ਨੇ, ਇਹ ਜੁੜ ਜਾਂਦੇ ਨੇ, ਭਿੜ ਜਾਂਦੇ, ਲੜ ਪੈਂਦੇ ਨੇ। ਲੇਕਿਨ ਜਿਹੜੇ ਵਿਚਾਰੇ ਬੰਗਾਲੀ, ਇੰਡੀਅਨ, ਨੇਪਾਲੀ, ਸ੍ਰੀਲੰਕਨ ਜਾਂ ਦੂਜੇ ਕੰਟਰੀਆਂ ਦੇ ਨੇ ਨਾ, ਯਕੀਨ ਕਰ ਜੋ ਜਿਹੜਾ ਤਾਂ ਬੁਰਾ ਹਾਲ ਇਹਨਾਂ ਦਾ ਹੁੰਦਾ ਕਿ ਫਿਲਮ ਦੇ ਵਿੱਚ ਬਹੁਤ ਹੀ ਘੱਟ ਵਿਖਾਇਆ ਗਿਆ। ਤੁਸੀਂ ਉੱਥੇ, ਮੈਂ 8-9 ਸਾਲ ਰਿਹਾ, ਮੈਨੂੰ ਟਿਕਟੋਕਾਂ ਦਾ ਅਤੇ ਉਰਾਂ ਪਰਾਂ ਚੀਜ਼ਾਂ ਦਾ ਸ਼ੌਕ ਹੁੰਦਾ ਸੀ ਨਾ, ਉੱਥੇ ਜਾ ਕੇ ਮੈਨੂੰ ਸ਼ੌਕ ਪਿਆ। ਤਾਂ ਮੈਂ ਉੱਥੇ ਇੱਕ ਵਾਰੀ ਰੋਡ 'ਤੇ ਖਲੋ ਕੇ ਨਾ ਇੱਕ ਵੀਡੀਓ ਬਣਾਉਂਦਾ ਪਿਆ ਅਤੇ ਇੱਕ ਸਾਊਦੀ ਆਇਆ, ਪਤਾ ਨਹੀਂ ਕੌਣ ਸੀ, ਇੱਦਾਂ ਗੱਡੀ ਉਹਨੇ ਮੇਰੇ ਲਾਗੇ ਲਾਈ, ਉਹਨੇ ਮੈਨੂੰ ਆਵਾਜ਼ ਮਾਰੀ, ਮੈਂ ਉਹਦੇ ਕੋਲ ਗਿਆ। ਕਹਿੰਦਾ ਸ਼ੱਕਰ ਸੂਰਾ, ਸ਼ੱਕਰ ਜਵਾਲ, ਮੈਨੂੰ ਕਹਿੰਦਾ ਮੋਬਾਈਲ ਬੰਦ ਕਰ, ਤਸਵੀਰ ਬਣਾਉਣੀ ਬੰਦ ਕਰ, ਤੇਰਾ ਮੈਂ ਐਸਾ ਖਰੂਜ, ਐਗਜ਼ਿਟ ਨੂੰ ਕਹਿੰਦੇ ਨੇ, ਐਸਾ ਖਰੂਜ ਲਵਾਵਾਂਗਾ ਕਿ ਤੂੰ 10 ਸਾਲ ਤੱਕ ਸਾਊਦੀਆ ਦੇ ਵਿੱਚ ਇੰਟਰ ਨਹੀਂ ਹੋ ਸਕਦਾ। ਮਤਲਬ ਕਿ ਇੰਨੀ ਵੀ ਆਜ਼ਾਦੀ ਨਹੀਂ ਹੈ, ਤੁਸੀਂ ਰੋਡ ਦੇ ਉੱਤੇ ਕੰਮ ਕਰੋ। ਔਰ ਦੂਜੇ ਪੱਖ 'ਤੇ ਇੱਕ ਸ਼ਿਰਕਾ ਸੀ, ਉੱਥੇ ਜਾਂਦਾ, ਸ਼ਿਰਕਾ ਕੰਪਨੀ ਨੂੰ ਕਹਿੰਦੇ ਨੇ,
ਮੈਂ ਉੱਥੇ ਜਾਂਦਾ ਹੁੰਦਾ ਸੀ, ਉੱਥੇ ਵੀ ਮਜ਼ਦੂਰਾਂ ਦਾ ਇੰਝ ਹੀ ਬੜਾ ਹਾਲ ਸੀ, ਪੰਜਾਂ ਪੰਜਾਂ ਮਹੀਨਿਆਂ ਚੌਂ ਚੌਂ ਮਹੀਨੇ ਦੀਆਂ ਤਨਖਾਹਾਂ ਦੇਣ ਵਾਲੀਆਂ ਪਈਆਂ, ਮਜ਼ਦੂਰ ਰੋਂਦੇ ਪੈਣ। ਸਰਦਾਰ ਮੁੰਡੇ ਸੀ ਮੇਰੇ ਬੇਲੀ ਪੰਜਾਬੀ, ਤੋਂ ਪੰਜਾਬੀ ਭਰਾ ਹੋਣ ਕਰਕੇ ਮੇਰੀ ਉਹਨਾਂ ਨਾਲ ਸਲਾਮ ਦੁਆ ਬਣ ਗਈ, ਉਹਨਾਂ ਸ਼ਹਿਰ ਸ਼ੁਰ ਸਾਡੇ ਕੋਲ ਆਉਣਾ ਜਾਣਾ ਕਰਨਾ। ਅਤੇ ਉਹ ਪੱਗਾਂ ਬੰਨਦੇ ਸਨ, ਉਹਨਾਂ ਨੂੰ ਹੋਏ ਸੀ ਕੋਈ 15 ਕੁ ਦਿਨ ਆਇਆ, ਉਹਨਾਂ ਦਾ ਨਾ ਦਾਰੀ ਚੇਂਜ ਹੋ ਗਿਆ, ਮਤਲਬ ਕਿ ਉਹਨਾਂ ਦਾ ਜਿਹੜਾ ਬੋਸ ਸੀ ਉਹ ਬਦਲ ਗਿਆ ਕੈਂਪ ਦਾ। ਤਾਂ ਉਹ ਨਵਾਂ ਆਇਆ ਅਤੇ ਉਹਨੇ ਨਾ ਉਹਨਾਂ ਤਿੰਨਾਂ ਮੁੰਡਿਆਂ ਦੇ ਪੱਗਾਂ ਬੰਨੀਆਂ ਵੇਖੀਆਂ। ਸਰਦਾਰ ਸਿੰਘ ਨੂੰ ਮੈਂ ਕਿਹਾ ਪੱਗਾਂ ਲਾ ਦਿਓ, ਠੀਕ ਹੈ। ਉਹਨਾਂ ਨੇ ਕਿਹਾ ਜੀ ਅਸੀਂ ਪੱਗਾਂ ਨਹੀਂ ਲਾਉਂਦੇ। ਉਹਨੇ ਕਿਹਾ ਪੱਗਾਂ ਨਹੀਂ ਲਾਉਂਦੇ, ਉਹਨੇ ਉਹਨਾਂ ਦਾ ਤਿੰਨਾਂ ਦਾ ਐਕਸਿਡੈਂਟ ਮਾਰਿਆ। ਇੱਕ ਮੁੰਡਾ ਸੀ ਆਪਣਾ ਲੁਧਿਆਣੇ ਦਾ, ਇੱਕ ਸੰਗਰੂਰ ਸਾਈਡ ਦਾ ਸੀ, ਇੱਕ ਰੋਪੜ ਦਾ ਸੀ। ਤਿੰਨਾਂ ਨੂੰ ਉਹਨਾਂ ਨੇ ਚੱਕ ਕੇ ਬਾਹਰ ਮਾਰਿਆ। ਲੇਕਿਨ ਇਹ ਨਹੀਂ ਕਿ ਜਿੱਥੇ ਗੰਦੇ ਲੋਕ ਨੇ ਉੱਥੇ ਚੰਗੇ ਨਹੀਂ ਹੈ, ਉੱਥੇ ਚੰਗੇ ਵੀ ਹੈ ਨੇ, ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਗੀਆਂ। ਇੱਕ ਜਗ੍ਹਾ 'ਤੇ ਨਾ ਅਸੀਂ ਕੰਮ ਕਰਨ ਗਿਆ, ਸਾਡੀ ਏਸੀਆਂ ਦੀ ਵਰਕਸ਼ਾਪ ਸੀ, ਤਾਂ ਅਸੀਂ ਏਸੀਆਂ ਦਾ ਕੰਮ ਕਰਨਾ, ਸਾਡੀ ਮੈਂਟੀਨੈਂਸ ਦਾ ਕੰਮ ਵੀ ਹੁੰਦਾ, ਸੇਲ ਪਰਚੇਜ਼ ਦਾ ਕੰਮ ਵੀ ਹੁੰਦਾ ਸੀ, ਅਤੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾਈਦਾ ਨਾ। ਅਤੇ ਜਿਹੜਾ ਬੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਉਹ ਬੜੀਆਂ ਚੀਜ਼ਾਂ ਅਬਜ਼ਰਵ ਕਰਦਾ, ਤਾਂ ਮੈਨੂੰ ਪਹਿਲਾਂ ਸ਼ੁਰੂ ਤੋਂ ਬੜੀ ਆਦਤ ਆ ਵੀ ਅਬਜ਼ਰਵ ਕਰਨ ਦੀ, ਤਾਂ ਜਾਣਾ ਵੇਖਣਾ ਪਤਾ ਲੱਗਦਾ ਨਾ। ਆਪਣੇ ਵੀ ਇੱਥੇ ਘਰਾਂ ਦੇ ਵਿੱਚ ਕੋਈ ਮਿਸਤਰੀ ਆਵੇ, ਕੋਈ ਬਿਜਲੀ ਵਾਲਾ ਆਵੇ, ਤਾਂ ਆਪਾਂ ਪਹਿਲਾਂ ਪੁੱਛਦੇ ਹਾਂ ਬਾਈ ਚਾਹ ਪਾਣੀ ਪੀਣਾ, ਤੁਹਾਨੂੰ ਬਿਠਾਉਣਾ ਸਿਸਟਮ ਕਰ ਕਰਾ ਕੇ, ਫਿਰ ਤੁਹਾਡੇ ਕੋਲ ਮਤਲਬ ਕੰਮ ਸ਼ੰਮ। ਉੱਥੇ ਐਸਾ ਕੋਈ ਨਿਜ਼ਾਮ ਨਹੀਂ ਸੀ ਹੁੰਦਾ, ਸਿੱਧੇ ਤੁਹਾਨੂੰ ਲਿਜਾਣਾ, ਉਹਨਾਂ ਨੇ ਕੰਮ ਕਰਨਾ, ਜੇ ਤੁਸੀਂ ਪਾਣੀ ਵੀ ਮੰਗ ਲਿਆ ਉਹਨਾਂ ਦੀ ਮਰਜ਼ੀ ਹੈ, ਤੁਹਾਨੂੰ ਪਾਣੀ ਦੇ ਦੇਣ, ਨਹੀਂ ਤਾਂ ਉਹਨਾਂ ਨੇ ਕਹਿਣਾ ਬਾਈ ਉਹ ਬਕਾਲਾ ਖੜੇ ਜਾ ਕੇ ਉੱਥੋਂ ਲਿਆ। ਇਹ ਕੰਮ ਕਰਦੇ ਹੁੰਦੇ ਸੀ। ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੀ ਕਿ ਮੈਂ ਗਿਆ ਇੱਕ ਨਾ ਕੰਮ ਕਰਨ ਮਜ਼ਰਾ ਸੀ, ਮਜ਼ਰਾ ਦੇ ਨਾਲ ਹੁੰਦੇ ਨਾ ਉਹਨਾਂ ਨੇ ਸਤਰਾਹਾ ਬਣਾਇਆ, ਸਤਰਾਹਾ ਡੇਰੇ ਨੂੰ ਕਹਿੰਦੇ ਨੇ। ਇਹ ਸ਼ਹਿਰਾਂ ਤੋਂ 200-300 ਕਿਲੋਮੀਟਰ ਦੂਰ ਬਣਾਉਂਦੇ ਨੇ, 150-150 ਕਿਲੋਮੀਟਰ ਦੂਰ, ਕਿਉਂਕਿ ਇਹਨਾਂ ਨੇ ਕੰਮ ਆਰਾਮ ਦੇ ਕਰਨੇ ਹੁੰਦੇ ਨੇ, ਲਾਲਾ ਛਾਬਾ ਕਰਨੀ ਹੁੰਦੀ। ਤਾਂ ਉਹ ਸਾਈਡ 'ਤੇ ਬਣਾਇਆ ਸੀ, ਉਹਦੇ ਨਾਲ ਹੀ ਉਹ ਬੰਦੇ ਦਾ ਮਜ਼ਰਾ ਸੀ, ਉਹ ਸਾਡੀ ਦੁਕਾਨ 'ਤੇ ਆਉਂਦਾ ਹੁੰਦਾ ਸੀ, ਅਤੇ ਉਹਦੇ ਘਰ ਦਾ ਅਸੀਂ ਕੰਮ ਕਰੀਦਾ, ਅਤੇ ਮੈਨੂੰ ਕਹਿੰਦਾ ਯਾਰ ਨਾ ਮੇਰੇ ਮਜ਼ਰੇ ਦੇ ਏਸੀ ਖਰਾਬ ਹੋ ਗਏ ਨੇ ਸਤਰਾਏ ਦੇ, ਅਤੇ ਤੁਸੀਂ ਮੇਰੇ ਨਾਲ ਚੱਲ। ਮੈਂ ਕਿਹਾ ਕਿੱਥੇ ਨੇ? ਉਹਨੇ ਕਿਹਾ ਜੀ ਫਲਾਣੀ ਥਾਂ 'ਤੇ ਨੇ, ਇੱਥੋਂ 100 ਕਿਲੋਮੀਟਰ ਦੂਰ ਹੈ। ਤਾਂ ਡੇਲੀ ਬੰਦਾ ਆਉਂਦਾ, ਕੋਈ ਗੱਡੀਆਂ ਉਹਨਾਂ ਕੋਲ ਵੱਡੀਆਂ ਨੇ, ਲੈਂਡ ਕਰੂਜ਼ਰਾਂ V8 ਆਹ ਗੱਡੀਆਂ ਡਾਲੇ ਉਹਨਾਂ ਕੋਲ, ਤਾਂ ਉਹ ਉਹਨਾਂ ਨੂੰ ਫਰਕ ਨਹੀਂ ਪੈਂਦਾ। ਅਤੇ ਮੈਂ ਕਿਹਾ ਬਾਈ ਜੀ ਮੈਂ ਚਲਾ ਜਾਣਾ, ਲੇਕਿਨ ਮੈਂ ਪੈਸੇ ਡਬਲ ਲਾਂਗਾ, ਕਿਉਂਕਿ ਪੂਰੀ ਦਿਹਾੜੀ ਲੈ ਜਾਣੀ, 200 ਕਿਲੋਮੀਟਰ, 200 ਜਾਣ 200 ਆਉਣ 400 ਬਣਨਾ। ਅਤੇ ਕਹਿੰਦਾ ਠੀਕ ਹੈ, ਅਸੀਂ ਚਲੇ ਗਏ ਜੀ ਉੱਥੇ, ਕੰਮ ਸ਼ਾਮ ਕੀਤਾ। ਉੱਥੇ ਨਾ ਇੱਕ ਨੇਪਾਲੀ ਫਸਿਆ ਹੋਇਆ ਸੀ ਇਵੇਂ ਬੱਕਰੀਆਂ 'ਤੇ, ਉਹਨੂੰ ਹੋ ਗਿਆ ਸੀ ਕੋਈ 9-10 ਸਾਲ ਆਏ ਨੂੰ। ਉਹ ਨੇਪਾਲੀ ਕੋਲ ਜਦੋਂ ਅਸੀਂ ਗਏ ਨਾ ਉੱਥੇ, ਅਤੇ ਮੈਂ ਕੰਮ ਕੁੰਮ ਕੀਤਾ, ਅਤੇ ਉਹ ਨੇਪਾਲੀ ਸਾਡੇ ਲਾਗੇ ਨਾ, ਨੇਪਾਲੀ ਨੂੰ ਬਿਠਾ ਕੇ ਅਤੇ ਆਪ ਉਹ ਨਿਕਲ ਗਿਆ। ਅਤੇ ਨੇਪਾਲੀ ਸਾਡੇ ਲਾਗੇ, ਸਾਨੂੰ ਪਾਣੀ ਦੀ ਲੋੜ ਪਵੇ, ਕਿਸੇ ਚੀਜ਼ ਦੀ ਵੀ ਲੋੜ ਪਵੇ, ਪੌੜੀ ਜੇ ਵੋ, ਤਾਂ ਨੇਪਾਲੀ ਸਾਨੂੰ ਲਾਗੇ ਲਾਗੇ ਕਰਕੇ ਦੇਵੇ, ਬਿਜਲੀ ਬੰਦ ਕਰਨੀ ਹੋਵੇ, ਔਨ ਕਰਨੀ ਹੋਵੇ, ਸਾਰਾ ਸਿਸਟਮ ਉਹ ਨੇਪਾਲੀ। ਤਾਂ ਹੁਣ ਉਹ ਨੇਪਾਲੀ ਕੋਈ ਕੰਮ ਸ਼ਾਮ ਅਸੀਂ ਕਰ ਲਿਆ, ਅਤੇ ਸਾਊਦੀ ਨੂੰ ਮੈਂ ਫੋਨ ਕੀਤਾ, ਸਾਊਦੀ ਨੂੰ ਮੈਂ ਕਿਹਾ ਕੰਮ ਹੋ ਗਿਆ, ਤੂੰ ਕਹਿੰਦਾ ਮੈਂ ਆਉਂਦਾ ਪਿਆ ਤੁਹਾਨੂੰ ਆ ਕੇ ਮਟੋੜਦਾ। ਅਸੀਂ ਉੱਥੇ ਬੈਠੇ ਹਾਂ, ਮੈਂ ਨੇਪਾਲੀ ਨਾਲ ਗੱਲਾਂ ਸ਼ੁਰੂ ਕਰ ਲਈਆਂ, ਮੈਂ ਕਿਹਾ ਤੈਨੂੰ ਕਿੰਨੀ ਦੇਰ ਹੋ ਗਈ, ਹਿੰਦੀ ਚੰਗੀ ਭੁੱਲੀ ਜਾਣਦਾ ਸੀ। ਕਹਿੰਦਾ ਮੈਨੂੰ ਇੰਨਾ ਟਾਈਮ ਹੋ ਗਿਆ 9-10 ਸਾਲ। ਮੈਂ ਕਿਹਾ ਗਿਆ ਨਹੀਂ ਵਾਪਸ। ਕਹਿੰਦਾ ਜਾਣੇ ਨਹੀਂ ਦਿੱਤਾ। ਮੈਂ ਕਿਹਾ ਕਿਉਂ? ਕਹਿੰਦਾ ਇਹ ਮਾਰਤਾ ਜੇ ਜਾਣੇ। ਮੈਂ ਕਿਹਾ ਰੋਟੀ ਪਾਣੀ ਦਾ ਕਿਵੇਂ ਕਰਨਾ, 200 ਕਿਲੋਮੀਟਰ ਸ਼ਹਿਰ ਦੂਰ ਹੈ, ਅਤੇ ਰੋਟੀ ਪਾਣੀ ਨਾ ਤੇਰਾ ਮੈਨੂੰ ਚੁੱਲ੍ਹਾ ਦਿਸਦਾ ਪਿਆ ਇੱਥੇ। ਕਹਿੰਦਾ ਇਹ ਰੋਟੀ ਲੈ ਆਤਾ, ਇੱਕ ਹਫ਼ਤੇ ਕੀ? ਕਹਿੰਦਾ ਇੱਕ ਹਫ਼ਤੇ ਦੀਆਂ ਰੋਟੀਆਂ ਇਕੱਠੀਆਂ, ਕਹਿੰਦਾ ਮੈਨੂੰ ਲਿਆ ਕੇ, ਕਹਿੰਦਾ ਆਹ ਪਈਆਂ ਨੇ ਇੱਥੇ ਰੱਖ ਦਿੰਦਾ, ਅਤੇ ਇਹ ਮੈਂ ਖਾਣੀਆਂ ਹੁੰਦੀਆਂ ਨਾਲ। ਕਹਿੰਦਾ ਮੈਨੂੰ ਸ਼ਹਿਦ ਦੇ ਜਾਂਦਾ, ਸ਼ਹਿਦ ਦੇ ਨਾਲ ਸ਼ਹਿਦ ਦੀ ਡੱਬੀ ਏਡੀ 2-3 ਰਿਆਲ ਦੀ ਆਉਂਦੀ ਹੈ। ਕਹਿੰਦਾ ਉਹ ਦੇ ਜਾਂਦਾ ਯਾ, ਕਹਿੰਦਾ ਮੈਂ ਪਾਣੀ ਨਾਲ ਰੋਟੀ ਖਾਣਾ। ਅਤੇ ਮੈਂ ਕਿਹਾ ਤਨਖਾਹ ਕਹਿੰਦੀ? ਕਹਿੰਦਾ 1000 ਰਿਆਲ। ਹੁਣ 1000 ਰਿਆਲ ਦੇ ਵਿੱਚ ਮੈਨੂੰ ਦੱਸੋ ਹਾਂ ਕੀ ਬਣਦਾ ਯਾਰ, 20-22 ਹਜ਼ਾਰ ਰੁਪਏ 'ਚ। ਹੁਣ ਮੈਂ ਉਹਨੂੰ ਕਿਹਾ ਯਾਰ ਸਾਨੂੰ ਪਾਣੀ ਪਿਆ ਹੈ ਨਾ, ਅਤੇ ਉਹ ਡਰੰਮ ਦੇ ਵਿੱਚੋਂ ਪਾਣੀ ਉਹ ਲੈ ਭਰ ਕੇ, ਅਤੇ ਮੈਂ ਜਦੋਂ ਪਾਣੀ ਪੀਤਾ ਤਾਂ ਪਾਣੀ ਲੂਣਾ ਜਿਹਾ, ਕੌੜਾ ਜਿਹਾ, ਜਿਵੇਂ ਉੱਥੋਂ ਦਾ ਹੁੰਦਾ, ਕਿਉਂਕਿ ਉੱਥੇ ਕਈਆਂ ਥਾਵਾਂ 'ਤੇ ਬੋਰ ਵੀ ਹੋਏ ਹੋਏ ਨੇ, ਉਹ ਬਾਰ ਬਾਰ ਸੀ ਬੋਰ ਹੋਇਆ ਸੀ, ਡੰਗਰਾਂ ਵਾਸਤੇ ਉਹਨਾਂ ਬੋਰ ਕਰਾਇਆ ਸੀ ਆਪਣੇ ਬੱਕਰੀਆਂ ਬੁੱਕਰੀਆਂ ਨੂੰ ਪਾਣੀ ਪਿਆਉਣ ਵਾਸਤੇ। ਤਾਂ ਮੈਂ ਕਿਹਾ ਯਾਰ ਇਹ ਪਾਣੀ ਨਹੀਂ ਸਹੀ ਹੈਗਾ, ਤੂੰ ਮੈਨੂੰ ਬੋਤਲ ਦਾ ਪਾਣੀ ਲਿਆ ਕੇ ਦੇਖ। ਉੱਥੇ ਪਾਣੀ ਮੁੱਲ ਵਿਕਦਾ, ਪੈਟਰੋਲ ਨਾਲੋਂ ਮਹਿੰਗਾ ਪਾਣੀ ਸਾਊਦੀਆਂ ਦੇ ਵਿੱਚ। ਤਾਂ ਉਹ ਮੈਨੂੰ ਕਹਿੰਦਾ ਯਾਰ ਉਹ ਪਾਣੀ ਕੋਈ ਨਹੀਂ ਗਾ, ਜਿਹੜਾ ਮੋਟਰ ਦਾ ਮੈਂ ਡਰੰਮ 'ਚ ਭਰ ਰਿਹਾ, ਮੈਂ ਐਂ ਵੀ ਇਹ ਹੀ ਪੀਣਾ, ਅਤੇ ਮੈਂ ਤਾਂ ਉੱਥੋਂ ਤੈਨੂੰ ਲਿਆ ਕੇ ਦਿੱਤਾ। ਮੈਂ ਕਿਹਾ ਯਾਰ ਭਰਾਵਾ ਇਹਦੇ ਨਾਲ ਤਾਂ ਬੰਦਾ ਨਹਾ ਨਹੀਂ ਸਕਦਾ, ਬੰਦੇ ਨੂੰ ਖੁਰਕ ਪੈ ਰਿਹਾ, ਅਤੇ ਤੂੰ ਇਹ ਪੀਣਾ।
ਕਹਿੰਦਾ ਯਾਰ ਮਜਬੂਰੀ ਆਈ ਪੀਨਾ। ਮੈਂ ਕਿਹਾ ਤੂੰ ਇਹਦੇ ਕੋਲ ਮੰਗਵਾਇਆ ਕਰ ਹਾਂ ਪਾਣੀ ਰੋਟੀ, ਜੇ ਤੈਨੂੰ ਇੱਕ ਹਫ਼ਤੇ ਦੀ ਇਕੱਠੀਆਂ ਰੋਟੀਆਂ ਲਿਆ ਦਿੰਦਾ ਅਤੇ ਹਫ਼ਤਾ ਤੂੰ ਉਹ ਰੋਟੀਆਂ ਖਾਣੀਆਂ ਹੁੰਦੀਆਂ ਨੇ ਉੱਲੀ ਲੱਗੀਆਂ। ਕਹਿੰਦਾ ਯਾਰ ਮੈਂ ਪਾਣੀ ਮੰਗਵਾਵਾਂ ਨਾ ਅਤੇ ਫਿਰ ਮੇਰੇ ਕੋਲ ਪੈਸੇ ਘੱਟਦਾ। ਉਹ ਕਹਿੰਦਾ ਯਾਰ ਫਿਰ ਇਹੀ ਪਾਣੀ ਪੀ। ਅਤੇ ਇਹ ਗੱਲਾਂ ਬਿਲਕੁਲ ਹਕੀਕਤ ਨੇ। ਔਰ ਸਭ ਤੋਂ ਮਾੜਾ ਹਾਲ, ਸ਼ੁਕਰ ਹੈ ਸਾਡੀ ਪਾਕਿਸਤਾਨੀ ਗੌਰਮੈਂਟ ਨੇ ਉੱਥੇ ਖਦਾਮਾਂ ਜਿਹੜੀਆਂ ਘਰਾਂ 'ਚ ਨਕਰਾਣੀਆਂ ਜਾਂਦੀਆਂ ਨੇ ਉਹਨਾਂ ਦੇ ਵੀਜ਼ੇ ਬੀਬੀਆਂ 'ਤੇ ਬੰਦ ਕੀਤੇ ਨੇ, ਨਹੀਂ ਤਾਂ ਪਾਕਿਸਤਾਨ ਨੂੰ ਲੈਣਾ ਬੰਨ ਬੰਨ ਬੀਬੀਆਂ ਉੱਥੇ ਜਾਣਾ ਸੀ। ਖਦਾਮਾਂ ਜਿਹੜੀਆਂ ਨੇ, ਮੈਂ ਤੁਹਾਨੂੰ ਖਦਾਮਾਂ ਦੀ ਗੱਲ ਸੁਣਾਉਣਾ, ਅਸੀਂ ਇੱਕ ਘਰ ਕੰਮ ਕਰਨ ਗਿਆ, ਤੀਸਰੀ ਬਿਲਡਿੰਗ 'ਤੇ ਉਹਨਾਂ ਦਾ ਘਰ ਹੋਵੇ, 22-23 ਸਾਲ ਦੀ ਕੁੜੀ ਖਦਾਮਾਂ ਬੰਗਾਲਣ ਹੁੰਦਾ, ਇੱਦਾਂ ਦੇ ਕਿੱਸੇ ਹਜ਼ਾਰ ਨੇ ਜਿਹੜੇ ਸਾਡੇ ਨਾਲ ਹੋਏ। ਉਹ 22-23 ਸਾਲ ਦੀ ਕੁੜੀ, ਅਸੀਂ ਕੰਮ ਕੀਤਾ ਅਤੇ ਉਹਦੀ ਮਾਲਕਣ ਨੇ ਉਹਨੂੰ ਕਿਹਾ ਕਿ ਤੂੰ ਜਿਸ ਟਾਈਮ ਬਾਹਰ ਨਿਕਲਣਾ ਤੂੰ ਬਾਹਰ ਦਾ ਮੇਨ ਡੋਰ ਪੌੜੀਆਂ ਤੋਂ ਥੱਲੇ ਵਾਲਾ ਦਰਵਾਜ਼ਾ ਬੰਦ ਕਰ ਦੀ। ਉਹ ਸਾਡੇ ਨਾਲ ਥੱਲੇ ਆਈ ਅਤੇ ਮੈਂ ਇੱਕ ਮੁੰਡਾ ਬੰਗਾਲੀ ਰੱਖਿਆ ਹੁੰਦਾ ਸੀ ਨਾਲ, ਅਤੇ ਜਿਸ ਟਾਈਮ ਇੰਝ ਅਸੀਂ ਆਏ ਹਾਂ ਨਾ ਬਾਹਰ ਨੂੰ ਅਤੇ ਉਹ ਬੰਗਾਲਣ ਸਾਡੇ ਪਿੱਛੇ ਪਿੱਛੇ ਤੁਰੀ ਆਈ, ਅਤੇ ਬੰਗਾਲੀ ਮੁੰਡਾ ਮੇਰੇ ਤੋਂ ਅੱਗੇ ਸੀ, ਮੈਂ ਪਿੱਛੇ ਸੀ, ਮੇਰੇ ਪਿੱਛੇ ਬੰਗਾਲਣ। ਜਿਸ ਟਾਈਮ ਬੂਹਾ ਬੰਦ ਕਰਨ ਲੱਗੀ ਉਹਨਾਂ ਨੇ ਮੇਰੀ ਕਮੀਜ਼ ਫੜ ਲਈ ਅਤੇ ਆਪਣੀ ਬੰਗਾਲੀ ਭਾਸ਼ਾ ਦੇ ਵਿੱਚ ਉਹਨੇ ਮੈਨੂੰ ਕੋਈ ਗੱਲ ਕਹੀ, ਮੈਨੂੰ ਸਮਝ ਨਾ ਆਈ ਅਤੇ ਨਾਲੇ ਉਹ ਰੋਈ ਜਾਵੇ, ਐਡੇ ਐਡੇ ਮੋਟੇ ਆਂਸੂ ਦੇ ਨਿਕਲੇ। ਅਤੇ ਮੈਂ ਬੰਗਾਲੀ ਨੂੰ ਆਵਾਜ਼ ਮਾਰੀ, ਮੈਂ ਕਿਹਾ ਬੰਗਾਲਣੀ ਯਾਰ ਇਹਦੇ ਨਾਲ ਕੋਈ ਗੱਲ ਕਰ ਕੀ ਕਹਿ ਰਹੀ। ਉਹ ਲੱਗ ਗਿਆ ਆਇਆ, ਉਹਨੇ ਗੱਲ ਕੀਤੀ, ਗੱਲ ਸਿਰਫ 20-25 ਸੈਕਿੰਡ ਉਹਨੇ ਗੱਲ ਕੀਤੀ, ਡਰੀ ਇੰਨੀ ਪਿਛਾਂ ਵੇਖੇ, ਉਹ ਤਾਂ ਵੇਖੇ ਸੱਜੇ ਖੱਬੇ ਵੇਖੇ ਕਿ ਉਹ ਆ ਗਿਆ ਤਾਂ ਮੈਨੂੰ ਮਾਰਨਗੇ। ਉਹਨੇ 2-4 ਗੱਲਾਂ ਕੀਤੀਆਂ, ਮੈਂ ਪੁੱਛਿਆ ਕੀ ਆਉਂਦੀ, ਕਹਿੰਦਾ ਆਉਂਦੀ ਪਈ ਹੈ ਕਿ ਮੈਨੂੰ ਇੱਥੋਂ ਕੱਢੋ, ਇਹ ਮੇਰੇ ਨਾਲ ਜ਼ਿਆਦਤੀ ਵੀ ਕਰਦੇ ਨੇ ਅਤੇ ਮੇਰੇ ਨਾਲ ਇੱਦਾਂ ਇੱਦਾਂ ਵੀ ਹੁੰਦਾ, ਮੈਨੂੰ ਕੁੱਟਦੇ ਮਾਰਦੇ ਵੀ ਨੇ ਅਤੇ ਮੇਰੇ ਕੋਲ ਇਕੱਲਾ ਇਸ ਘਰ ਦਾ ਕੰਮ ਨਹੀਂ ਕਰਾਉਂਦੇ, ਮੇਰੇ ਕੋਲੋਂ ਇਹ ਆਪਦੇ ਸਹੇਲੀਆਂ ਦਾ ਕੰਮ ਹੈ, ਬੀਬੀ ਜਿਹੜੀ ਹੈ ਇਹਦੀਆਂ ਜਿਹੜੀਆਂ ਸਹੇਲੀਆਂ ਨੇ ਉਹਨਾਂ ਦੇ ਕੰਮ ਵੀ, ਜਿਹੜੀ ਇਹਦੀ ਮਾਂ ਹੈ, ਇਹਦੀ ਖਾਲਾਂ ਹੈ, ਇਹਦੀ ਭੈਣ ਹੈ, ਇਹ ਮੈਨੂੰ ਇੱਧਰੋਂ ਕੰਮ ਕਰਾ ਕੇ ਸਾਰਾ ਗੱਡੀ 'ਚ ਪਾ ਕੇ ਡਰਾਈਵਰ ਦੇ ਨਾਲ ਉਹਨਾਂ ਨੇ ਘਰ ਛੱਡ ਆਉਂਦੀ, ਉਹਨਾਂ ਨੇ ਮੈਂ ਕੱਪੜੇ ਧੋਣੀ ਆ, ਬੱਚੇ ਸਾਂਭਣੀ ਆ, ਫਿਰ ਇੱਧਰ ਆ ਜਾਈਏ, 3-3 ਘਰਾਂ ਦਾ ਮੇਰੇ ਕੋਲ ਕੰਮ ਕਰਾਉਂਦੇ ਪੈਣ, ਮੈਂ ਫਸ ਗਈਆਂ ਆ ਕੇ ਇੱਥੇ, ਮੇਰੀ 2 ਮਹੀਨੇ ਤਨਖਾਹ ਵੀ ਰਹਿੰਦੀ ਆ ਅਤੇ ਮੈਨੂੰ ਚੱਜ ਨਾਲ ਜ਼ਬਾਨ ਵੀ ਨਹੀਂ ਆਉਂਦੀ, ਮੈਨੂੰ ਕਿਸੇ ਤਰੀਕੇ ਤੁਸੀਂ ਲੈ ਜਾਓ, ਤੁਸੀਂ ਕੱਢੋ, ਮੈਨੂੰ ਆਪਦੇ ਕੋਲ ਰੱਖ ਲਓ। ਇਸੇ ਤਰ੍ਹਾਂ ਇੱਕ ਮਾਈ ਸਾਡੇ ਕੋਲ ਬੈਗ ਚੁੱਕ ਕੇ ਆ ਗਈ, ਮਤਲਬ ਕਿ ਬਹੁਤ ਹੀ ਮਾੜਾ ਹਾਲ ਹੈ। ਔਰ ਇੰਨੀਆਂ ਤੁਸੀਂ ਕਹੋਗੇ ਬੁਰਾਈਆਂ ਚੜ੍ਹਾ ਕਰੀ ਆਉਂਦਾ, ਜਿੱਥੇ ਲੋਕ, ਮੈਂ ਅੱਗੇ ਦੱਸਿਆ ਕਿ ਚੰਗੇ ਨੇ ਉੱਥੇ ਮਾੜੇ ਵੀ ਹੈਗੇ ਨੇ, ਪੰਜੂ ਕੋਲ ਇੱਕੋ ਜਿਹੀਆਂ ਨਹੀਂ ਹੁੰਦੀਆਂ। ਹੁਣ ਕੁਝ ਲੋਕ ਜਿਹੜੇ ਪਾਕਿਸਤਾਨੀ ਨੇ ਜਾਂ ਇੰਡੀਅਨ ਨੇ, ਉਹਨਾਂ ਦਾ ਉੱਥੇ ਹੱਥ ਪੈਂਦਾ ਸੌਖੇ ਵੀ ਨੇ, ਕਿਉਂਕਿ ਉਹਨਾਂ ਦੇ ਬਿਜ਼ਨਸ ਚੰਗੇ ਨੇ, ਕਾਰੋਬਾਰ ਚੰਗੇ ਨੇ, ਬਕਾਲੇ ਨੇ, ਮਾਰਕੀਟਾਂ ਨੇ ਜਾਂ ਕੁਝ ਵੀ ਹੈ, ਉਹ ਇੰਨੇ ਪੈਸੇ ਮਹੀਨੇ ਬਾਅਦ ਕਫੀਲ ਨੂੰ ਦਿੰਦੇ ਨੇ ਅਤੇ ਕਫੀਲ ਉਹਨਾਂ ਦੀ ਮੁੱਠ 'ਚ ਹੈ, ਸਮਝ ਆਈ ਨਾ। ਇਸ ਕਰਕੇ ਉਹਨਾਂ ਦੀ ਕਾਣ ਹੈ ਅਤੇ ਉਹਨਾਂ ਨੂੰ ਕੁਝ ਨਹੀਂ ਜਾਂਦੀ, ਉਹਨਾਂ ਦੀ ਮਾੜੀ ਮੋਟੀ ਟੱਲੋ ਚੱਲਦੀ ਹੈ। ਅਦਰਵਾਈਜ਼ ਉੱਥੇ ਜਿੱਡਾ ਵੀ ਕਿਸਾਨ ਹੈ, ਜਿੱਡਾ ਵੀ ਕੋਈ ਚੌਰੀ ਹੈ, ਉਹਦੇ ਮੂੰਹ 'ਤੇ ਸਾਊਦੀ ਥੁੱਕ ਜਾ, ਸਾਊਦੀ ਥੱਪੜ ਮਾਰ ਜਾ, ਸਾਊਦੀ ਚੰਡ ਮਾਰ ਜਾ, ਤੁਸੀਂ ਸਾਊਦੀ ਦਾ ਕੁਝ ਵੀ ਨਹੀਂ ਕਰ ਸਕਦੇ। ਕਿਉਂਕਿ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਜਿਹਨੇ ਅਜਨਬੀ ਨੇ ਮੇਰੇ ਕਿਸੇ ਸਾਊਦੀ 'ਤੇ ਚੰਡ ਮਾਰੀ, ਉਹਨੇ ਮੇਰੇ ਮੂੰਹ 'ਤੇ ਚੰਡ ਮਾਰੀ। ਇਹ ਹਾਲਾਤ ਨੇ ਉੱਥੇ। ਹੋਰ ਹੈਗੀ ਹੈ ਕਿ ਤੁਸੀਂ ਆਪਣੇ ਨਾਂ 'ਤੇ ਨਾ ਦੁਕਾਨ ਲੈ ਸਕਦੇ ਹੋ, ਨਾ ਗੱਡੀ, ਨਾ ਆਪਣਾ ਕਾਰੋਬਾਰ ਕਰ ਸਕਦੇ ਹੋ, ਨਾ ਆਪਣਾ ਉੱਥੇ ਜ਼ਾਤੀ ਤੁਸੀਂ ਘਰ ਲੈ ਸਕਦੇ ਹੋ, ਜਿਵੇਂ ਯੂਰਪ ਦੇ ਵਿੱਚ, ਕਨੇਡਾ, ਅਮਰੀਕਾ 'ਚ ਤੁਸੀਂ ਲੈ ਸਕਦੇ ਹੋ। ਇਸ ਤਰ੍ਹਾਂ ਨਹੀਂ ਆ ਬਿਲਕੁਲ ਵੀ, ਤੁਹਾਨੂੰ ਕਫੀਲ ਦੇ ਮਰੂਨੇ ਮਿਹਨਤ ਹੋਣਾ ਪੈਂਦਾ, ਜਾਂ ਜਿਹਦੇ ਨਾਂ ਤੁਸੀਂ ਹੋ ਉਹਦੇ ਨਾਂ 'ਤੇ ਲੈ ਲਓ, ਜਾਂ ਤੁਹਾਨੂੰ ਦੂਜਾ ਤੀਜਾ ਬੰਦਾ ਸਾਊਦੀ ਉੱਥੋਂ ਲੱਭਣਾ ਪੈਂਦਾ, ਯਾਨੀ ਕਿ ਉੱਥੋਂ ਦਾ ਬੰਦਾ ਹੋਏਗਾ ਅਤੇ ਤੁਹਾਡੇ ਨਾਂ 'ਤੇ ਕੋਈ ਵੀ ਚੀਜ਼ ਹੋਏਗੀ, ਤੁਸੀਂ ਕਾਰੋਬਾਰ ਕਰਨ ਵਾਲੇ ਹੋਵੋਗੇ, ਤੁਹਾਡਾ ਕਫੀਲ ਹੋਏਗਾ। ਔਰ ਇਹ ਵੀ ਇਕੱਲੀ ਇਕੱਲੀ ਸ਼ਾਇਦ ਹੀ ਉਹਨਾਂ ਮਹੀਨਾ ਮੰਥਲੀ ਲੈਣੀ ਤੁਹਾਡੇ ਕੋਲ, ਗੱਡੀ ਉਹਦੇ ਨਾਂ ਕਰਾਈ ਉਹਦਾ 500-1000 ਰਿਆਲ ਵੱਖਰਾ, ਦੁਕਾਨ ਉਹਦੇ ਨਾਂ ਕਰਾਈ ਉਹਦਾ 500-1500-2000 ਜਿੰਨਾ ਵੀ ਤੁਹਾਡਾ ਉਹਦੇ ਨਾਲ ਮੁੱਕੇ ਉਹ ਵੱਖਰਾ। ਔਰ ਕਈ ਵਾਰ ਇਹ ਹੋਇਆ ਕਿ ਬੰਦਿਆਂ ਦੇ ਕਾਰੋਬਾਰ ਜਦੋਂ ਸਟੇਬਲ ਹੋ ਜਾਂਦੇ ਨੇ, ਵਧੀਆ ਕੰਮ ਚੱਲ ਪੈਂਦੇ ਨੇ, ਤਾਂ ਸਾਊਦੀ ਕੀ ਕਰਦੇ ਨੇ, ਹਰ ਚੀਜ਼, ਗੱਡੀ, ਦੁਕਾਨ ਉਹਨਾਂ ਦੇ ਨਾਂ ਹੁੰਦੀ ਆ, ਥੱਪੜ ਮਾਰ ਕੇ ਬੰਦਿਆਂ ਨੂੰ ਭਜਾ ਦਿੰਦੇ ਨੇ। ਔਰ ਹਜ਼ਾਰਾਂ ਵਾਕਿਆ ਇਸ ਤਰ੍ਹਾਂ ਦੇ ਹੋਏ ਨੇ ਕਿ ਕਾਰੋਬਾਰ ਚਲਾਇਆ ਬੰਦੇ ਨੇ, ਅਜਨਬੀ ਨੇ, ਪਾਕਿਸਤਾਨੀ, ਇੰਡੀਅਨ ਨੇ, ਪਿੱਛੋਂ ਸਾਊਦੀ ਵੇਰ ਗਿਆ,
ਉਹਦੀ ਨਿਗਾਹ ਬੇਈਮਾਨ ਹੋ ਗਈ, ਤੁਹਾਨੂੰ ਭਜਾਤਾ। ਔਰ ਇੱਕ ਮੇਰਾ ਬੇਲੀ ਸੀ ਪਸ਼ਤੂਨ, ਉਹਦੇ ਨਾਲ ਵੀ ਇਸੇ ਤਰ੍ਹਾਂ ਆਇਆ, ਆਪਣੇ ਕਫੀਲ ਦੇ ਨਾਲ ਰਲ ਕੇ ਉਹਨੇ ਬਕਾਲਾ ਪਾਇਆ, ਬਕਾਲਾ ਚੱਲਣ ਲੱਗ ਪਿਆ ਵਧੀਆ, ਸੁਪਰ ਮਾਰਕੀਟ ਬਣ ਗਈ, ਉਹਨੇ ਇੱਕ ਦੋ ਫਤਿਹ ਹੋਰ ਲੈ ਲਿਆ, ਫਤਿਹ ਮਤਲਬ ਇੱਕ ਦੋ ਦੁਕਾਨਾਂ ਹੋਰ ਉਹਦੀਆਂ ਦੀਵਾਰਾਂ ਤੋੜ ਕੇ ਵੱਡੀ ਮਾਰਕੀਟ ਬਣਾ ਲਈ। ਜਦ ਕਾਰੋਬਾਰ ਚੱਲ ਗਿਆ, ਸਾਰੀ ਡਿਲੀਵਰੀਆਂ ਹੋਣ ਲੱਗ ਪਈਆਂ, ਸਾਊਦੀ ਬੇਈਮਾਨ ਹੋ ਗਿਆ। ਸਾਊਦੀ ਉੱਥੋਂ ਪਹਿਲਾਂ ਘਰ ਦਾ ਸੌਦਾ ਵੀ ਲਿਆਂਦਾ ਸੀ, ਕਫਾਲਤ ਆਪਣੀ ਵੱਖਰੀ ਲੈਂਦਾ ਸੀ, ਅੱਧ ਉਹਦੇ ਕੋਲ ਵੱਖਰਾ ਲੈਂਦਾ ਸੀ, ਦਬਕੇ ਉਹਨੂੰ ਵੱਖਰੇ ਮਾਰਦਾ ਸੀ। ਹੈਂ ਉਹ ਬੰਦਾ ਫਿਰ ਵੀ ਮੈਨੂੰ ਉਹਨੇ ਮਿਹਨਤ ਕਿ ਯਾਰ ਨਹੀਂ ਇਹਦੇ ਨਾਂ 'ਤੇ ਹਰ ਚੀਜ਼ ਆ, ਮੈਨੂੰ ਵੀ ਰੋਟੀ ਲੱਭਦੀ ਪਈ ਹੈ। ਇੱਕ ਦਿਨ ਐਸਾ ਆਇਆ ਕਿ ਉਹਨੇ ਉਹ ਪਸ਼ਤੂਨ ਨੂੰ ਥੱਪੜ ਮਾਰ ਕੇ ਉੱਥੋਂ ਕੱਢਿਆ, ਉਹਦਾ ਐਗਜ਼ਿਟ ਲਾਇਆ, ਕਾਰੋਬਾਰ, ਗੱਡੀ, ਹਰ ਚੀਜ਼ ਉਹਨੇ ਆਪ ਸੰਭਾਲੀ, ਔਰ ਦੂਜਾ ਬੰਦਾ ਲਿਆ ਕੇ ਉਹਨੇ ਬਕਾਲੇ ਦੇ ਉੱਤੇ ਬਿਠਾ ਦਿੱਤਾ। ਔਰ ਜਿਹੜੇ ਆਪਾਂ ਉੱਥੇ ਘਾਮੇ ਲਵਾਉਂਦੇ ਹਾਂ, ਉਹਨਾਂ ਘਾਮਿਆਂ ਦੀ ਵੀ ਯਕੀਨ ਕਰ ਜਾਓ, ਉਨੀ ਤੁਹਾਨੂੰ ਤੰਗ ਗੌਰਮੈਂਟ ਨਹੀਂ ਕਰਦੀ ਜਿੰਨੇ ਇਹ ਸਾਊਦੀ ਕਫੀਲ ਕਰਦੇ ਨੇ। ਤੁਹਾਡੇ ਕੋਲ ਨਾ ਹੱਕ ਨਜਾਇਜ਼ ਪੈਸੇ ਲੈ ਕੇ ਜਾਂਦੇ, ਤੁਸੀਂ ਉਹਨਾਂ ਨੂੰ ਪਿੱਟੀ ਜਾਓ, ਰੋਈ ਜਾਓ, ਸਦੀਕ ਕੰਮ ਕੋਈ ਨਹੀਂ, ਮੁਹੰਮਦ ਕੰਮ ਕੋਈ ਨਹੀਂ, ਮੇਰੇ ਕੋਲ ਯਾਰ ਮੈਂ ਮਾੜਾ ਬੰਦਾ, ਤੇਰੀ ਮਿਹਰਬਾਨੀ, ਦੋ ਦਿਨ ਕੱਢ। ਉਹਨਾਂ ਕਹਿਣਾ ਅਬੀ ਅਬ ਪੈਸੇ, ਨਹੀਂ ਤਾਂ ਬਹਿ ਜਹਾਜ਼ ਦੇ ਵਿੱਚ, ਨਿਕਲ ਇੱਥੋਂ। ਸਿਆਣਿਆਂ ਦਾ ਨਾ ਕਿ ਚੁੱਲ੍ਹੇ ਪਿੱਛੇ ਵੀ ਪਰਦੇਸ ਹੁੰਦਾ, ਠੀਕ ਹੈ, ਅਤੇ ਪਰਦੇਸ ਮਾੜਾ ਹੁੰਦਾ, ਉਹ ਪਰਦੇਸ ਆ ਮਾੜਾ ਸਾਰਾ ਕੁਛ, ਲੇਕਿਨ ਅਸੀਂ ਲੋਕ, ਸਾਡੀਆਂ ਹਕੂਮਤਾਂ ਚੰਗੀਆਂ ਹੋਣ, ਸਾਡੇ ਹਾਲਾਤ ਚੰਗੇ ਹੋਣ, ਅਸੀਂ ਜਾਈਏ ਹੀ ਕੋਈ ਨਾ। ਅਤੇ ਜੇ ਮੈਂ ਕੰਪੇਅਰ ਕਰਾਂ ਕਿ ਬਾਕੀ ਯੂਰਪ ਦੇ ਮੁਲਕ ਨੇ, ਤਾਂ ਯਕੀਨ ਕਰ ਜਾਓ ਆਪਾਂ ਯੂਨਾਨ ਨਾਲ, ਤੁਰਕੀ ਨਾਲ ਹੀ ਕੰਪੇਅਰ ਕਰ ਲੈਂਦੇ ਹਾਂ, ਅਤੇ ਉਹ ਇਹਨਾਂ ਨਾਲੋਂ ਚੰਗੇ ਨੇ। ਉੱਥੇ ਤੁਸੀਂ ਜਾਂਦੇ ਹੋ, ਆਪਦੀ ਮਰਜ਼ੀ ਨਾਲ ਘੁੰਮ ਸਕਦੇ ਹੋ, ਆਪਦੀ ਮਰਜ਼ੀ ਨਾਲ ਫਿਰ ਸਕਦੇ ਹੋ, ਖਾ ਪੀ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ, ਤੁਹਾਨੂੰ ਗੋਰਾ ਕਿ ਚੰਡ ਮਾਰੇ ਗੋ, ਆਪਣੇ ਪੰਜਾਬੀ, ਆਪਣੇ ਦੇਸੀ ਬੰਦੇ ਦੋ ਥੱਪੜ ਜੜ ਦਿੰਦੇ ਨੇ, ਸਾਊਦੀ ਤੁਹਾਨੂੰ ਚੰਡ ਮਾਰੇ, ਤੁਸੀਂ ਬੋਲ ਹੀ ਨਹੀਂ ਸਕਦੇ। ਯਕੀਨ ਕਰ ਜਾਓ, ਐਡੇ ਐਡੇ ਕੰਮ ਕਰਨ ਜਾਈਦਾ ਸੀ ਨਾ, ਅਕਸਰ ਸਾਡੇ ਨਾਲ ਪਤਾ ਕੀ ਹੁੰਦਾ ਸੀ, ਅਕਸਰੀਅਤ ਹੁੰਦਾ ਸੀ, ਹਰ ਦੁਕਾਨ ਵਾਲਾ ਬੰਦਾ ਕੋਈ ਵੀ ਉੱਥੇ ਕੰਮ ਕਰਦਾ ਨਾ ਬਕਾਲੇ 'ਤੇ, ਉਹਨੂੰ ਪੁੱਛੀ ਤੈਨੂੰ ਦਿਹਾੜੀ ਵਿੱਚ ਕੋਈ 20 ਰਾਮੀ ਟੱਕਰਦੇ ਹੋਣ ਦੇ, ਇਹ ਕੀ ਕਰਦੇ ਨੇ ਕਿ ਕੰਮ ਕਰਨ ਗਏ, ਫਰਨੀਚਰ ਦਾ ਕੰਮ ਕਰਾਇਆ, ਏਸੀ ਦਾ ਕੰਮ ਕਰਾਇਆ, ਜਿਹਦਾ ਵੀ ਕੰਮ ਕਰਾਇਆ, ਇਹਨਾਂ ਕੰਮ ਕਰਾ ਕੇ ਤੁਹਾਨੂੰ ਕਹਿਣਾ ਸਦੀਕ ਯੱਲਾ ਬਰਾ ਅਨਾ ਈ ਜੀ ਸੱਕਰ ਬਾਪ। ਉਹਨੇ ਕਹਿਣਾ ਬਾਹਰ ਨਿਕਲ, ਦਰਵਾਜ਼ਾ ਬੰਦ ਕਰ ਦੇ, ਅਤੇ ਮੈਂ ਆਉਂਦਾ ਪਿਆ ਤੈਨੂੰ ਆ ਕੇ ਪੈਸੇ ਦੇਣਾ ਤੇਰੀ ਮਜ਼ਦੂਰੀ, ਤੁਸੀਂ ਬਾਹਰ 2 ਘੰਟੇ ਖਲੋਤੇ ਰਹੋ, ਇਹਨਾਂ ਨੇ ਬੂਹਾ ਹੀ ਨਹੀਂ ਖੋਲ੍ਹਣਾ। ਅਤੇ ਜੇ ਤੁਸੀਂ ਮਾੜਾ ਜਿਹਾ ਵੀ ਬੂਹਾ ਜ਼ੋਰ ਨਾਲ 2-3 ਵਾਰੀ ਖੜਕਾਤਾ, ਇਹਨਾਂ ਨਾਲ ਹੀ ਛੁੱਟੇ ਨੂੰ ਫੋਨ ਕਰਨਾ ਕਿ ਆ ਬੰਦਾ ਮੈਨੂੰ ਆ ਕੇ ਤੰਗ ਕਰਨ ਡਿਆ, ਜਾਂ ਮੇਰੇ ਘਰ ਚੋਰੀ ਕਰਦਾ ਸੀ, ਜਾਂ ਇਹਨੇ ਮੇਰੇ ਕਿਸੇ ਬੱਚੇ ਨਾਲ ਆਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਅਬਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਸਿੱਧਾ ਥਾਣੇ, ਤੁਹਾਡੀ ਲਾਈਫ ਬਰਬਾਦ, ਤੁਹਾਨੂੰ ਉਹਨਾਂ ਨੇ ਸਜ਼ਾ ਦੇਣੀ ਆ, ਚੱਕ ਕੇ ਤੁਹਾਡਾ ਐਕਜ਼ਰ ਮਾਰ ਕੇ ਉਹਨਾਂ ਤੁਹਾਨੂੰ ਬਾਹਰ ਭੇਜ ਦੇਣਾ। ਅਜਨਬੀ ਵਾਸਤੇ, ਲੇਬਰ ਮਜ਼ਦੂਰ ਤਬਕੇ ਵਾਸਤੇ ਉੱਤੇ ਕੋਈ ਕਾਨੂੰਨ ਨਹੀਂ ਹੈਗਾ, ਠੀਕ ਹੈ, ਲੇਬਰ ਕੋਰਟ ਬਣਿਆ ਹੋਇਆ, ਤੁਸੀਂ ਉੱਥੇ ਜਾਓ, ਤੁਹਾਡੀ ਗੱਲ ਹੀ ਕੋਈ ਨਹੀਂ ਸੁਣਦਾ, ਸਹੀ ਹੈ ਨਾ। ਅਤੇ ਬਹੁਤ ਮਾੜੇ ਹਾਲ ਨੇ, ਇਹਨਾਂ ਨਾਲੋਂ ਯਕੀਨ ਕਰ ਜਾਏ ਕਾਫਰ ਚੰਗੇ ਨੇ। ਮੱਕਾ ਮਦੀਨਾ ਉੱਥੇ ਹੋਣ ਦੀ ਵਜ੍ਹਾ ਤੋਂ ਯਕੀਨ ਕਰੋ, ਸਾਨੂੰ ਉਹ ਦਿਲ ਤੋਂ ਵੀ ਅਜ਼ੀਜ਼ ਹੈ ਜਗ੍ਹਾ, ਲੇਕਿਨ ਉਹ ਲੋਕ ਨਹੀਂ ਚੰਗੇ। ਨਬੀ ਪਾਕ ਨੇ ਵੀ ਕਿਹਾ ਸੀ ਕਿ ਇੱਥੇ ਆਇਆ ਜੇ ਜ਼ਰੂਰ, ਲੇਕਿਨ ਇੱਥੇ ਹੱਜ ਉਮਰਾ ਕਰਕੇ ਵਾਪਸ ਚਲੇ ਜਾਇਆ ਜੇ, ਇਹਨਾਂ ਲੋਕਾਂ ਨਾਲ ਵਪਾਰ ਨਾ ਕਰਿਆ ਜੇ, ਲੋਕ ਚੰਗੇ ਨਹੀਂ ਹੈਗੇ। ਦੁਨੀਆਂ ਨੂੰ ਨਬੀ ਪਾਕ ਨੇ ਇੱਕ ਮੈਸੇਜ ਦਿੱਤਾ ਸੀ, ਉਹ ਤਾਂ ਖੱਟੀ ਖਾਂਦੇ ਪੈਣ, ਜਿਹੜਾ ਉਹਨਾਂ ਕੋਲ ਰਿਜ਼ਕ ਹੈ, ਪੈਸਾ, ਉਹ ਸਿਰਫ ਨਬੀਆਂ ਪੈਗੰਬਰਾਂ ਦੀ ਦੁਆ ਹੈ। ਹਜ਼ਰਤ ਇਬਰਾਹਿਮ ਨੇ ਕਿਹਾ ਸੀ ਕਿ ਇਹਨਾਂ ਕੋਈ ਚੀਜ਼ ਮੁੱਕਣੀ ਨਹੀਂ, ਅਦਰਵਾਈਜ਼ ਉਹ ਬੰਦੇ ਠੀਕ ਨਹੀਂ। ਉਹ ਹੀ ਲੋਕ ਨੇ ਜਿਹਨਾਂ ਨੂੰ ਹਜ਼ਰਤ ਉਮਰ ਨੇ ਛੇਤਰ ਨਾਲ ਮੁਸਲਮਾਨ ਕੀਤਾ, ਮੰਨਦੇ ਨਹੀਂ ਸੀ, ਕਦੀ ਮੋਜ਼ੇ ਕਰਵਾਉਂਦੇ ਸੀ ਕਿ ਨਬੀ ਪਾਕ ਨੂੰ ਕਹਿਣਾ ਚੰਦ 2 ਟੋਟੇ ਕਰ ਦਿਓ, ਕਦੀ ਕਹਿਣਾ ਜੀ ਆ ਖਜੂਰਾਂ ਉਗਾ ਕੇ ਵਿਖਾਓ, ਇੱਥੇ ਸੁੱਕੀ ਖਜੂਰ ਲਾ ਕੇ, ਹੈ ਨਾ। ਅਤੇ ਨਬੀ ਪਾਕ ਨੇ ਜਦੋਂ ਮੋਜ਼ੇ ਪੂਰੇ ਕਰਨੇ, ਅੱਲਾਹ ਤਾਲਾ ਦੇ ਕਰਮ ਨਾਲ ਅੱਲਾਹ ਤਾਲਾ ਨੇ ਪੂਰੇ ਕਰਨੇ, ਤਾਂ ਨਾਲ ਨਾ ਕਹਿ ਦੇਣਾ ਤੁਸੀਂ ਤਾਂ ਜਾਦੂਗਰ ਹੋ, ਤਾਂ ਇਹ ਉਹ ਨਸਲ ਹੈ, ਠੀਕ ਹੈ। ਇਹਨਾਂ ਨਾਲੋਂ ਉਹ ਨੌਨ ਮੁਸਲਿਮ ਚੰਗੇ ਨੇ, ਯਕੀਨ ਕਰ ਜਾਓ। ਤੁਸੀਂ ਉਹਨਾਂ ਦੇ ਮੁਲਕ 'ਚ ਵੀ ਜਾਂਦੇ ਹੋ, ਰਹਿੰਦੇ ਹੋ, ਖਾਂਦੇ ਹੋ, ਪੀਂਦੇ ਹੋ, ਪੈਸਾ ਵੀ ਕਮਾਉਂਦੇ ਹੋ, ਸਾਰਾ ਕੁਝ ਕਰਦੇ ਹੋ, ਤੁਹਾਡੇ ਨਾਲ ਬੇਈਮਾਨੀ, ਠੱਗੀ, ਠੋਰੀ ਇੱਥੋਂ ਨਾਲੋਂ ਉੱਧਰ ਘੱਟ ਹੈ, ਠੀਕ ਹੈ। ਅਸੀਂ ਉਹਨਾਂ ਨੂੰ ਦਿਨ ਰਾਤ ਕੁਫਰ ਕੁਫਰ ਕਾਫਰ ਅਤੇ ਦੋਜ਼ਖੀ ਕਹਿੰਦੇ ਹਾਂ, ਅਤੇ ਇਹ ਮੱਕੇ ਮੁੱਢ ਬੱਦੂ, ਜਿਹੜੀ ਸੱਚੀ ਗੱਲ ਹੈ ਉਹ ਆਹੀ ਹੈ ਕਿ ਮੱਕੇ ਮੁੱਢ ਬੱਦੂ, ਵਾਕਿਆ ਮੱਕੇ ਮੁੱਢ ਬੱਦੂ ਨੇ। ਮੈਂ ਤੁਹਾਨੂੰ ਇੱਦਾਂ ਦੀਆਂ 1000 ਦੀ ਗੋਲਡ ਲਾਈਫ ਵਰਗੀਆਂ ਸਟੋਰੀਆਂ ਸੁਣਾ ਸਕਣਾ, ਮੇਰੇ ਕੋਲ 1000 ਨੇ, ਮਾਈ ਵਿਟਨੈਸ ਅੱਖੀ ਵੇਖੀਆਂ ਨੇ, ਠੀਕ ਹੈ। ਲੇਕਿਨ ਕਿਆ ਤੁਹਾਡਾ ਸਿਰ ਖਾਣਾ, ਗੱਲ ਉੱਥੇ ਹੀ ਹੈ ਕਿ ਫਿਲਮ 100% ਸੱਚ ਹੈ, 100%, ਠੀਕ ਹੈ।
ਹੁਣ ਸਾਊਦੀ ਆਪਣੀ ਇਮੇਜ ਬਚਾਉਣ ਵਾਸਤੇ ਕੁਝ ਵੀ ਕਰਨ, ਕਾਨੂੰਨ ਬਦਲੀ ਕਰਨ, ਕੁਝ ਵੀ ਕਰਨ, ਉਹ ਕਰੀ ਜਾਣ, ਲੇਕਿਨ ਉੱਥੋਂ ਬਹੁਤ ਲੋਕ ਰੁਲ ਕੇ ਮਰ ਕੇ ਗਲ ਕੇ ਆਏ ਨੇ, ਕਈਆਂ ਦੀਆਂ ਲਾਸ਼ਾਂ ਵੀ ਨਹੀਂ ਆਈਆਂ, ਉੱਥੇ ਹੀ ਰਹਿ ਗਏ ਨੇ। ਠੀਕ ਹੈ।